ਸਾਡੇ ਭਾਲੇ
ਮੇਰਾ ਬੰਦਾ ਆ ਮੈਂ ਦੱਸਿਆ ਮੈਂ ਆਪਣੀ ਸਿੰਨੂ ਰੱਖਣੀ ਆ ਇੱਧਰ ਆ ਇੱਧਰ ਇੱਧਰ ਮੈਂ ਪਹਿਲਾਂ ਇੱਧਰ ਹੋ ਜਾ ਆ ਜਾ ਜੀ ਮੈਂ ਤਾਂ ਬੋਰਡ ਰੱਖਣੀ ਆ ਆਪਣੀ ਮੈਂ ਮੈਂ ਤਾਂ ਬੋਰਡ ਰੱਖਣਾ ਇਹ ਨਹੀਂ ਥਾਲ ਰੱਖੋ ਬਈ ਥਾਲ ਹੋ ਜਰਾ ਤੰਦ ਵੀ ਕਰ ਹਮਲਾ
أبارو
ਕਰਦਾ ਮੈਂ ਤੂੰ ਵੀ ਚੱਕ ਲੈ ਜਾ ਯਾਰ ਤੂੰ ਲੈ ਲੈ ਮੇਰੇ ਪੂਰੇ ਹੀ ਮੰਗ ਜਾ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ
ਤਿਗਰੇ ਤਾਰ ਪਰਿਵਾਰ ਹਾਰਾ ਦੁਖ ਹੰਦਾ ਸੁਤਰਾ ਸਤਾਂ ਕੋ ਬਿਗਨਾ ਕੂਲਾ ਕਹਿ ਜਾਗੀ ਤਬ ਆਗੇ ਅਰਦਾਸ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਨਹੀਂ ਧਿਆਏ ਗ੍ਰੰਥ ਗੁਰਤੇ ਅਮਰਦਾਸ ਦੇਵ ਹਰਿ ਸਿਮਰੈ ਕਰ ਨਾਨਕ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗਤੀ ਤੇ ਵਿਰਾਜਮਾਨ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਹਲਕ ਪਲਕ ਕੇ ਰਾਖੇ ਨਾਮ ਕੇ ਜਹਾਜ ਕਲ ਯੁਗ ਕੇ ਮੋਹਿਤ ਚਵਲ ਤਖਤ ਦੇ ਮਾਲਕ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤਾਰਿਆਂ ਦੇ ਧਿਆਨ ਧਰਕੇ ਗੁਰੂ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਗੀਆਂ ਤਪੀਆਂ ਜਿਨ੍ਹਾਂ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਗਬਾਜ਼ੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕੁਮਾਰੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਹੜੇ ਧੰਨ ਨਾਰਿਆਂ ਨਾਲ ਚਰਾਏ ਸਿੱਖੀ ਸਿਵਕ ਕੇਸਾਂ ਸੁਆਸਾਂ ਸਭ ਨਿਭਾਇਆ ਧਰਮ ਨਹੀਂ ਮਾਰਿਆ ਗੁਰਦੁਆਰਿਆਂ ਦੇ ਸੁਧਾਰੇ ਕੁਰਬਾਨੀਆਂ ਕੀਤੀਆਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਕੁਝੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਵਿੱਤਰ ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਗੁਰੂ ਸਾਹਿਬਾਨ ਦਾਨਾ ਸਿੱਖਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰਾਖਾ ਆਦਿ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੁਹਾਡੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਜਮਾਣਿਆਂ ਦੇ ਮਾਣ ਸਤਿਗੁਰੂ ਜਗਾਣਿਆਂ ਦੇ ਕਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋਗਰੀ ਸਤਿਗੁਰੂ ਆਪ ਜੀ ਦੀ ਅਪਾਰ ਮਿਹਰ ਕਿਰਪਾ ਦੇ ਨਾਲ ਪਿੰਡ ਗਾਂਦੜਾ ਦੀਆਂ ਸਮੂਹ ਸੰਗਤਾਂ ਕੋਲੋਂ ਮਹਾਰਾਜ ਜੀ ਆਪ ਜੀ ਨੂੰ ਇਸ਼ਟ ਜਾਣਦੇ ਹੋਏ ਹਾਜ਼ਰ ਨਾਜ਼ਰ ਜਾਣਦੇ ਹੋਏ ਆਪ ਜੀ ਦਾ ਓਟ ਆਸਰਾ ਰੱਖਦੇ ਹੋਏ ਸਤਿਗੁਰੂ ਆਪ ਜੀ ਦੀ ਅਪਾਰ ਮਿਹਰ ਕਿਰਪਾ ਦੇ ਨਾਲ ਸਮੂਹ ਨਗਰ ਦੀਆਂ ਸੰਗਤਾਂ ਕੋਲੋਂ ਮਹਾਰਾਜ ਜੀ ਰਲ ਮਿਲ ਕਰਕੇ ਪਿੰਡ ਲਾਂਗੜਾ ਦੀ ਸਾਰੀ ਸੰਗਤ ਦੀ ਮਹਾਰਾਜ ਜੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦਾ ਓਟ ਆਸਰਾ ਤੱਕਦਿਆਂ ਪਰਸੋਂ ਵਾਲੇ ਰੋਜ਼ ਤੋਂ ਮਹਾਰਾਜ ਜੀ ਪਿੰਡ ਦੇ ਦਰਵਾਜ਼ੇ ਦੇ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਰੀ ਜੀ ਦੇ ਅਖੰਡ ਜਾਪ ਸਾਹਿਬ ਆਰੰਭ ਕਰਵਾਏ ਸਨ ਸਤਿਗੁਰੂ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਬਾਣੀ ਆਦਿ ਤੋਂ ਮਾਧ ਮਾਤੋ ਸੰਪੂਰਨ ਬਾਣੀਆਂ ਦੇ ਭੋਗ ਪਾਏ ਗਏ ਭੋਗ ਤੋਂ ਉਪਰੰਤ ਆਪ ਜੀ ਦੀਆਂ ਨਗਰ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ
ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕਰਨੀ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੀ ਕੀਤੀ ਹੋਈ ਸੇਵਾ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀ ਮੇਰ ਭਰਿਆ ਹੱਥ ਸਿਰ ਤੇ ਰੱਖਣਾ ਸਾਰੇ ਹੀ ਨਗਰ ਨੂੰ ਖੁਸ਼ੀਆਂ ਭਰੇ ਸੁਭਾਗ ਸਮੇਂ ਬਖਸ਼ਣੇ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਭਜਨ ਦੇ ਪ੍ਰਤਾਪ ਬਖਸ਼ਣੇ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਨੌਜਵਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਜੀ ਮਾੜੀ ਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜਨਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਤੰਦਰੁਸਤੀ ਦੇ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਸਮੂਹ ਨਗਰ ਨਿਵਾਸੀ ਸੰਗਤਾਂ ਜੋ ਕਿ ਪ੍ਰਦੇਸ਼ਾਂ ਦੇ ਵਿੱਚ ਰਹਿ ਰਹੀਆਂ ਹਨ ਸਤਿਗੁਰੂ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪ ਅੰਗ ਸੰਗ ਹੋ ਕੇ ਸਹਾਇਤਾ ਬਖਸ਼ਿਸ਼ ਕਰਨੀ ਕਾਮਨਾਵਾਂ ਸ਼ਰਧਾ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ ਆਪ ਜੀ ਦੀਆਂ ਸੰਗਤਾਂ ਵੱਲੋਂ ਮਹਾਰਾਜ ਜੀ ਪਿੰਡ ਦੇ ਦਰਵਾਜ਼ੇ ਦੇ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਜਾਪ ਸਾਹਿਬ ਕਰਵਾਏ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਸ਼ਰਧਾ ਭਾਵਨਾਵਾਂ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਤੈਨੂੰ ਹੀ ਰੋਜ਼ ਆਪ ਜੀ ਦੀ ਸਭ ਸਮੱਗਰੀ ਹਾਜ਼ਰ ਰਹੀ ਹੈ ਰੋਜ਼ ਤਨ ਮਨ ਧਨ ਕਰਕੇ ਮਹਾਰਾਜ ਦੀ ਸੇਵਾ ਕੀਤੀ ਗਈ ਹੈ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੀ ਕੀਤੀ ਹੋਈ ਸੇਵਾ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਜੀ ਭੋਗ ਦੀਆਂ ਖੁਸ਼ੀਆਂ ਵਿੱਚ ਆਪ ਵਾਸਤੇ ਆਪ ਜੀ ਦੀਆਂ ਸੰਗਤਾਂ ਵਾਸਤੇ ਗ੍ਰਹਿ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਫਲਾਂ ਦੇ ਪ੍ਰਸ਼ਾਦ ਸਦਕੇ ਹਾਜ਼ਰ ਹਨ ਆਪ ਜੀ ਦੇ ਦਰ ਪ੍ਰਵਾਨ ਹੋਣ ਆਪ ਜੀ ਨੂੰ ਭੋਗ ਲੱਗੇ ਭੋਗ ਲੱਗੇ ਪ੍ਰਸ਼ਾਦ ਆਪ ਜੀ ਦੀਆਂ ਸੰਗਤਾਂ ਦੇ ਵਿੱਚ ਵਰਤਣ ਜੋ ਦੀ ਸਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੇ ਮਹਾਰਾਜ ਜੀ ਆਪ ਜੀ ਦੇ ਗ੍ਰੰਥੀ ਸਿੰਘਾਂ ਦੀ ਉਜੀਵਤਾ ਵਾਸਤੇ ਬੇਅੰਤ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਕਿਰਪਾ ਕਰਨੀ ਵੀ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈ ਇਹ ਰਸਤਾਂ ਬਸਤਾਂ ਸਜੀਆਂ ਸੋਈ ਖਜ਼ਾਨੇ ਧਰਮ ਦੀ ਕਿਰਤ ਦੇ ਨਾਲ ਭਰਪੂਰ ਕਰਨੇ ਕਾਰ ਕਣਕ ਚੂਰ ਕਰਨੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਆਪਣੀਆਂ ਸੰਗਤਾਂ ਨੂੰ ਬਖਸ਼ਿਸ਼ ਕਰਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਦੇਤੇ ਉਗਣ ਹਮਾਰੇ ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਬੱਦਲ ਤਾਰੇ ਜੀੜਾ ਅਗਨ ਬਰਾਬਰ ਤੁਪੈ ਪਿੱਤਰ ਬਤੈ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਦਿਨ ਰਾਤ ਮਹਾਰਾਜ ਜੀ ਸੁੱਖਾਂ ਦੀਆਂ ਘੜੀਆਂ ਆਪਣੀਆਂ ਸੰਗਤਾਂ ਨੂੰ ਬਖਸ਼ਿਸ਼ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ ਸਤਿਗੁਰੂ ਜੀ ਆਪਣੀਆਂ ਸੰਗਤਾਂ ਦੀ ਸੇਵਾ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰੋ ਆਪ ਜੀ ਪਵਿੱਤਰ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੋ ਵੀ ਸੰਗਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ ਹਨ ਸਰਬੱਤ ਸੰਗਤਾਂ ਦਾ ਕਦਮ ਕਦਮ ਚੱਲਿਆ ਲੇਖੇ ਦੇ ਵਿੱਚ ਲਾਉਣਾ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਹੀ ਪਿਆਰੇ ਮੇਰੇ ਜਿਨ੍ਹਾਂ ਮੇਰੇ ਆਪ ਜੀ ਦਾ ਪਵਿੱਤਰ ਨਾਮ ਚਿੱਤਰਾ ਵੈ ਨਾਨਕ ਨਾਮ ਚੜ੍ਹੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਗੇ ਹੱਥ ਮੈਂ ਕਲ ਕੀ ਸੋ ਮੈਂ ਸ੍ਰੀ ਸੋਹਮ ਦੀ ਰਕਸ਼ਾ ਕਰੇ ਕਲ ਕੀ ਭਾਰ ਜਗਦੀ ਸੋਹਮ ਦੀ ਰਕਸ਼ਾ ਕਰੇ
ਕੀਰਤਨ ਚਰਨ ਕਬੀਰਾ ਨੀਰਜ ਤੁਲਾ ਜਲਾਲ ਰੋ ਭਯੋਗੁਣੀ ਗਹੀਰਾ ਰਬਦਾਸ ਢਵੰਸਾ ਢੋਲ ਕੀਰਤ ਸਿਧ ਤਿਆਗੀ ਮਾਇਆ ਸਮਾਪਤੀ ਹੋਈ ਹੈ।
ਪਾਪਾ ਤੇਰੇ ਅੰਦਰ ਹੈ ਜੁੱਤੀ ਪਾ ਕੇ ਜਾਂਦੇ ਨੇ ਅੰਦਰ ਉਹਦੀ ਬੈਠੀ ਆ بابا كده Thank you.
ਇਧਰ ਦੇਖ ਚਲੋ ਹਾਫੀ ਉਹ ਅਜੇ ਨਹਾਉਣਾ ਹੀ ਹੈ ਹਾਫੀ ਕਿੱਥੇ ਹਾਂ ਠੀਕ ਹੈ ਉੱਥੇ ਹੁਣ ਕਿਤੇ ਅੰਦਰ ਮੰਜਾ ਡਹਿ ਜਾਊਗਾ ਹਾਂਜੀ ਬ੍ਰੈਡ ਭਾਜੀ ਆ ਗਿਆ ਬੋਲ ਭਾਜੀ ਉੱਦਾਂ ਤਾਂ ਇੱਕ ਡੋਲੀ ਹੋਰ ਗੱਲ ਨਹੀਂ ਚਾਹ ਦੀ ਦੋ ਹੀ ਇੱਕ ਲੈਣ ਤੇ ਦੇਖੀ 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 ਗਲਾਸ ਦੀ ਗਲਾਸ ਮੈਨੂੰ ਦੇ ਗਲਾਸ ਇੱਧਰ ਵੀ ਦੋ ਗਲਾਸ ਤੇਰਾ ਪੂਰੀ ਕਰਨਾ ਹੈ ਤੇਰੇ ਲਈ ਬਾਰਾ ਕਰਨਾ
لا يقول ما جبانه مبتعد
ਸਾਡੇ ਗੁਰੂਆਂ ਨੇ ਕਰਕੇ ਟੰਗਤਾ ਵਿੱਚ ਬਾਣੀ ਨੇ ਭਰਤਿਆ ਰੰਗਤਾ ਰੂਪ ਪਰਮਾ ਗੁਰੂ ਨੇ ਅਸੰਗਤਾ ਇਹ ਵੀ ਘੱਟ ਨੀ ਸੱਚੀ ਸੁਣਾਈਏ ਜੀ ਥੋੜੀ ਕੱਲ ਦੀ ਮੱਥੇ ਨੂੰ ਲਾਈਏ ਜੀ جو دین دنیا دے مالک چمک کر دے مالک حاضر سر جارا سر سر کلا پٹھور دسائی پاشے جی آتمک جوت گرتا گتی دے سبائے مان تن 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 سر شری گرو گرنتھ صاحب مہاراج دی پاور پتر حضوری دے اندر جڑ بیٹھ کے ترکی بانی آئی تے سگی چند مٹائی ترکی بانی کے جاپ آپ گرو کی سنگتاں نے سرو کیتے نے پاسواں روز تو سات سنگت جیو ترکی بانی کے جاپ آرمبھ ہوئے سن اج شری اکھنڈ پاٹھ صاحب جی دے بھوگ پئے نے سموچے پنڈ کی سکھ شانتی واسطے سروا دے بھلے واسطے شری اکھنڈ پاٹھ صاحب جی دے جاپ کروائے گئے نے سموہ پنڈ نے رل مل کے یہ اپرالہ کیتا ہے سو سات سنگت جتنا سما داسرا نوں حکم ہویا آپ گرو کی سنگت کی اتحاد دے راہی سیوا کرن دا جتن کریں گے آؤ اتحاس کی وچار آرمبھ کرن تو پہلا گرمتی وچار آرمبھ کرن تو پہلا جو کلی والے پاتشاہ صاحب کمال تن تن صاحب شری گرو گوبند سنگھ مہاراج جی نے سنو فتح کی سانجھ بخش کی ہے اس فتح کو دہراؤن کا یتن کریے تھوڑیاں تے ساڈیاں حاضریاں گرو صاحب جی کے چرنوں چ لگ جان اس وقت ساری سنگت ایک بار چکاؤ سی صاحب شری گرو گرنتھ صاحب مہاراج جی ہو میرے مادھو جی سات سنگت ملے سو کرے جس نو سات سنگ مل جاندی ہے وہ پاسا کرو پار ہو جاتا ہے بانی دے وچن دے تے سات سنگت ਕਈ ਜਨਮਾਂ ਦੇ ਕੀਤੇ ਹੋਏ ਪਾਪ ਸਤ ਸੰਗ ਵਿੱਚ ਆ ਕੇ ਖਤਮ ਹੋ ਜਾਂਦੇ ਨੇ ਮਿਟ ਜਾਂਦੇ ਨੇ ਤੇ ਇਹ ਸਤਸੰਗ ਜਿਹੜੀ ਹੈ ਇਹ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਇਹ ਸਤਸੰਗ ਦੀਆਂ ਜਿਹੜੀਆਂ ਅਮੋਲਕ ਘੜੀਆਂ ਨੇ ਇਹ ਭਾਗਾਂ ਕਰਮਾਂ ਦੇ ਨਾਲ ਹੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਮਿਲਦੀਆਂ ਨੇ ਸਤਸੰਗ ਇੱਕ ਮਹਾਂਪੁਰਸ਼ ਦੀਵਾਨ ਦੇ ਵਿੱਚ ਬੈਠ ਕੇ ਬਚਨ ਕਰ ਰਹੇ ਸਨ ਕਿ ਸਤਸੰਗ ਦੀਆਂ ਜਿਹੜੀਆਂ ਘੜੀਆਂ ਨੇ ਇਹਨਾਂ ਦਾ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਪਰਮਾਤਮਾ ਦੀ ਵਿਚਾਰ ਹੁੰਦੀ ਹੈ ਜੋ ਕੁਝ ਦੱਸਿਆ ਜਾਂਦਾ ਸਤਸੰਗ ਦੇ ਵਿੱਚ ਉਸ ਨੂੰ ਪੱਲੇ ਬੰਨ ਕੇ ਲੈ ਕੇ ਜਾਣਾ ਚਾਹੀਦਾ ਹੈ ਉਸਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਉਹਨਾਂ ਅੱਗੇ ਗੱਲ ਕਰਦਿਆਂ ਕਰਦਿਆਂ ਆਖਿਆ ਕਿ ਕਈ ਵਾਰ ਅਸੀਂ ਕਹਿੰਦੇ ਵੀ ਸਤਸੰਗ ਦੇ ਵਿੱਚ ਆ ਕੇ ਸਾਨੂੰ ਕੀ ਮਿਲਦਾ ਹੈ ਸਾਨੂੰ ਲਾਭ ਕੀ ਹੈ ਸਤਸੰਗ ਵਿੱਚ ਆਉਣ ਦਾ ਉਹਨਾਂ ਆਖਿਆ ਕਿ ਜੋ ਕੁਝ ਵੀ ਉੱਤੇ ਦੱਸਿਆ ਜਾਂਦਾ ਸਤਸੰਗ ਦੇ ਵਿੱਚੋਂ ਉਸ ਨੂੰ ਆਪਣੇ ਪੱਲੇ ਨਾਲ ਬੰਨਣਾ ਚਾਹੀਦਾ ਹੈ ਉਹਨਾਂ ਉੱਤੇ ਇੱਕ ਕਹਾਣੀ ਦੱਸੀ ਛੋਟੀ ਜਿਹੀ ਉਹਨਾਂ ਆਖਿਆ ਕਿ ਇੱਕ ਜ਼ਿਮੀਦਾਰ ਪਰਿਵਾਰ ਦੇ ਵਿੱਚ ਖੂਹ ਦੇ ਉੱਤੇ ਇੱਕ ਪਰਿਵਾਰ ਰਹਿੰਦਾ ਹੈ ਉੱਥੇ ਬੱਚਿਆਂ ਨੂੰ ਝੁੰਡੇ ਵਿੱਚ ਪਾਇਆ ਹੋਇਆ ਹੈ ਤੇ ਆਪ ਸਾਰਾ ਪਰਿਵਾਰ ਜਿਹੜਾ ਹੈ ਉਹ ਕੰਮਾਂ ਕਾਰਾਂ ਦੇ ਵਿੱਚ ਰੁੱਕ ਗਿਆ ਇੱਧਰ ਉੱਧਰ ਚਲਾ ਗਿਆ ਕੋਲੇ ਇੱਕ ਕੁੱਤਾ ਬੰਨਿਆ ਹੋਇਆ ਹੈ ਰੱਸੀ ਦੇ ਨਾਲ ਤੇ ਝੁੰਡੇ ਵਿੱਚ ਬੱਚਾ ਪਿਆ ਹੋਇਆ ਇਤਨੇ ਸਮੇਂ ਨੂੰ ਇੱਕ ਬਘਿਆੜ ਆਇਆ ਸਾ ਸੰਗਤ ਉਹ ਬਘਿਆੜ ਬੱਚੇ ਨੂੰ ਖਾਣ ਦਾ ਯਤਨ ਕਰਨ ਲੱਗਾ ਬੱਚੇ ਨੂੰ ਉਸਨੇ ਝਾਤੀ ਮਾਰੀ ਹੈ ਝੂਲੇ ਦੇ ਵਿੱਚੋਂ ਬੱਚਾ ਹੇਠਾਂ ਗਿਰ ਗਿਆ ਤੇ ਕੋਲ ਬੱਝਿਆ ਹੋਇਆ ਕੁੱਤਾ ਉਸਨੇ ਯਤਨ ਕਰਕੇ ਆਪਣੀ ਰੱਸੀ ਤੁਰਾਈ ਤੇ ਬਘਿਆੜ ਦੇ ਨਾਲ ਮੁਕਾਬਲਾ ਕਰਨ ਲੱਗਾ ਹੁਣ ਬਘਿਆੜ ਨੂੰ ਕੁੱਤੇ ਨੇ ਭਜਾ ਦਿੱਤਾ ਇਤਨੇ ਸਮੇਂ ਨੂੰ ਉਹ ਪਰਿਵਾਰ ਜਦੋਂ
ਕੇ ਕਿਹਾ ਕਿ ਸਾਡਾ ਛੋਟਾ ਜਿਹਾ ਬੱਚਾ ਜਿਸ ਨੂੰ ਅਸੀਂ ਝੂਲੇ 'ਚ ਪਾਇਆ ਸੀ ਉਹ ਹੇਠਾਂ ਜ਼ਮੀਨ 'ਤੇ ਡਿੱਗਿਆ ਹੋਇਆ ਹੈ ਅਤੇ ਜਿਹੜਾ ਕੁੱਤਾ ਆ ਇਸ ਦੇ ਮੂੰਹ ਵੀ ਖੂਨ ਲੱਗਾ ਹੋਇਆ ਹੈ ਅਤੇ ਸਾਡਾ ਬੱਚਾ ਵੀ ਖੂਨ ਦੇ ਨਾਲ ਨੱਕ ਵਰਤ ਹੈ ਜ਼ਿਮੀਂਦਾਰ ਦੇ ਸਰ ਸੰਗਤ ਬਿਨਾਂ ਸੋਚੇ ਸਮਝੇ ਉੱਥੇ ਇੱਕ ਲਾਠੀ ਪਈ ਸੀ ਡਾਂਗ ਪਈ ਸੀ ਉਸਨੇ ਉਹ ਲਾਠੀ ਚੱਕੀ ਡਾਂਗ ਚੱਕੀ ਉਸਨੇ ਸੋਚਿਆ ਕਿ ਇਸ ਕੁੱਤੇ ਨੇ ਸਾਡੇ ਬੱਚੇ ਦੇ ਉੱਤੇ ਹਮਲਾ ਕੀਤਾ ਉਸ ਜ਼ਿਮੀਂਦਾਰ ਨੇ ਸਰ ਸੰਗਤ ਡਾਂਗ ਦੇ ਨਾਲ ਕੁੱਤੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੁੱਤੇ ਨੂੰ ਕੁੱਟਿਆ ਅਤੇ ਕੁੱਤਾ ਇੱਕ ਪਾਸੇ ਚਲਾ ਗਿਆ ਹੁਣ ਜ਼ਿਮੀਂਦਾਰ ਕੀ ਵੇਖਦਾ ਹੈ ਕਿ ਖੂਨ ਦੇ ਛਿੱਟੇ ਜਿਹੜੇ ਨੇ ਬਾਹਰ ਤੱਕ ਜਾ ਰਹੇ ਨੇ ਫਿਰ ਉਸਨੇ ਕੁੱਤੇ ਵੱਲ ਵੇਖਿਆ ਅਤੇ ਕੁੱਤਾ ਵੀ ਜ਼ਖਮੀ ਹੈ ਫਿਰ ਉਸ ਨੂੰ ਸਮਝ ਆਈ ਕਿ ਕੋਈ ਜਾਨਵਰ ਹੋਰ ਆ ਕੇ ਉਸਨੇ ਮੇਰੇ ਬੱਚੇ ਦੇ ਉੱਤੇ ਹਮਲਾ ਕੀਤਾ ਸੀ ਇਸ ਕੁੱਤੇ ਨੇ ਤਾਂ ਮੇਰੇ ਬੱਚੇ ਦੀ ਰੱਖਿਆ ਕੀਤੀ ਹੈ ਮੇਰੇ ਕੋਲੋਂ ਭੁੱਲ ਹੋ ਗਈ ਮੈਂ ਅਣਜਾਣੇ ਸੀ ਬਿਨਾਂ ਸੋਚੇ ਸਮਝੇ ਇਸ ਕੁੱਤੇ ਦੇ ਉੱਤੇ ਮੈਂ ਡਾਂਗਾ ਮਾਰਨ ਲੱਗ ਪਿਆ ਸੋ ਸਤਸੰਗ ਥੋੜ੍ਹਾ ਬਚਾ ਦੇਣਾ ਚਾਹੀਦਾ ਹੈ ਅਤੇ ਇਸ ਸਤਸੰਗ ਦੇ ਵਿੱਚ ਇੱਕ ਮਨੁੱਖ ਇਸ ਦੇ ਸਤਸੰਗ ਸੁਣਿਆ ਇਸ ਦੇ ਘਰ ਦੇ ਅੰਦਰ ਆ ਕੇ ਆਪਣੇ ਸਾਹਮਣੇ ਦੀਵਾਰ ਜਿਹੜੀ ਹੈ ਉਸ ਦੇ ਉੱਤੇ ਲਿਖ ਦਿੱਤਾ ਕਿ ਕੋਈ ਵੀ ਕੰਮ ਕਰਨਾ ਵਿਚਾਰ ਕੇ ਕਰਨਾ ਕਿਉਂਕਿ ਸਤਸੰਗ ਦੇ ਵਿੱਚੋਂ ਇਸ ਨੂੰ ਅੱਜ ਮਿਲੀ ਹੈ ਗੱਲ ਕਿ ਕੋਈ ਵੀ ਕੰਮ ਕਰਨਾ ਉਹ ਵਿਚਾਰ ਕੇ ਕਰਨਾ ਕੁਝ ਦਿਨ ਬੀਤੇ ਸਤਸੰਗ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਡਰਾਮਾ ਹੋਣਾ ਸੀ ਅਤੇ ਇਹ ਬੰਦਾ ਜਿਹੜਾ ਹੈ ਜਿਸ ਨੇ ਲਿਖਿਆ ਵੀ ਕੋਈ ਵੀ ਕੰਮ ਕਰਨਾ ਵਿਚਾਰ ਕੇ ਕਰਨਾ ਇਹ ਕਿਸੇ ਗੱਲੋਂ ਜਿਹੜਾ ਹੈ ਕਿਸੇ ਕੰਮੋਂ ਸ਼ਹਿਰ ਚਲਾ ਗਿਆ ਅਤੇ ਇੱਧਰ ਇਹਦੀ ਧੀ ਅਤੇ ਇਹਦੀ ਘਰ ਵਾਲੀ ਘਰ ਵਿੱਚ ਨੇ ਹੁਣ ਧੀ ਰਾਣੀ ਜਿਹੜੀ ਉਹ ਆਪਣੀ ਮਾਂ ਨੂੰ ਆਖਦੀ ਹੈ ਮਾਂ ਮੈਂ ਵੀ ਪਿੰਡ ਵਿੱਚ ਹੋ ਰਿਹਾ ਡਰਾਮਾ ਮੈਂ ਉਹ ਦੇਖਣ ਜਾਣਾ ਨਾਟਕ ਹੋ ਰਿਹਾ ਹੈ ਮੈਂ ਦੇਖਣ ਜਾਣਾ ਮਾਂ ਨੇ ਰੋਕਿਆ ਪੁੱਤਰ ਤੂੰ ਨਾ ਜਾ ਇਸ ਨੇ ਆਖਿਆ ਮਾਂ ਮੈਂ ਜਾਣਾ ਚਾਹੁੰਦੀ ਹਾਂ ਫਿਰ ਮਾਂ ਨੇ ਧੀ ਨੇ ਜਦੋਂ ਜ਼ਿਆਦਾ ਜ਼ਿੱਦ ਕੀਤੀ ਅਤੇ ਮਾਂ ਨੇ ਕੀ ਕੀਤਾ ਇਸ ਦੇ ਇੱਕ ਸੋਹਣੀ ਜਿਹੀ ਦਸਤਾਰ ਸਜਾ ਦਿੱਤੀ ਮਰਦਾਂ ਵਾਲੇ ਇਸ ਨੂੰ ਕੱਪੜੇ ਪਹਿਨਾ ਦਿੱਤੇ ਅਤੇ ਆਖਿਆ ਧੀਏ ਸਮੇਂ ਦੇ ਨਾਲ ਘਰ ਵਾਪਸ ਆ ਜਾਵੀਂ ਹੁਣ ਇਹ ਨਾਟਕ ਦੇਖਣ ਵਾਸਤੇ ਧੀ ਗਈ ਹੈ ਰਾਤ ਦਾ ਸਮਾਂ ਸੀ ਸਤ ਸੰਗਤ ਇਹ ਵਾਪਸ ਆਈ ਇਸਦੀ ਮਾਂ ਸੁੱਤੀ ਹੋਈ ਹੈ ਇਸ ਨੇ ਉਸੇ ਤਰ੍ਹਾਂ ਆਪਣੇ ਭੇਸ ਦੇ ਵਿੱਚ ਹੀ ਜਿਹੜੀ ਮਾਂ ਦੇ ਨਾਲ ਸੌਂ ਗਈ ਅਤੇ ਇੱਧਰੋਂ ਘਰ ਵਾਲਾ ਜਿਹੜਾ ਉਹ ਕੰਮ ਕਾਰ ਕਰਕੇ ਸ਼ਹਿਰ ਤੋਂ ਵਾਪਸ ਆਇਆ ਹੈ ਰਾਤ ਦਾ ਸਮਾਂ ਅੰਦਰ ਆ ਕੇ ਕੀ ਵੇਖਿਆ ਕਿ ਮੇਰੀ ਘਰਵਾਲੀ ਦੇ ਨਾਲ ਕੋਈ ਪਰਾਇਆ ਮਰਦ ਪਿਆ ਹੈ ਇਸ ਨੂੰ ਆਪਣੀ ਧੀ ਜਿਹੜੀ ਹੈ ਕਿਉਂਕਿ ਮਰਦਾਨਾ ਭੇਸ ਬਣਾਇਆ ਹੋਇਆ ਸੀ ਉਸਨੇ ਇਸ ਨੂੰ ਲੱਗਾ ਕਿ ਕੋਈ ਗੈਰ ਮਰਦ ਮੇਰੀ ਘਰਵਾਲੀ ਦੇ ਨਾਲ ਪਿਆ ਹੈ ਗੁੱਸਾ ਆਇਆ ਕ੍ਰੋਧ ਆਇਆ ਅੰਦਰੋਂ ਇਸ ਨੇ ਕਿਰਪਾਨ ਚੱਕੀ ਹੈ ਕਿਰਪਾਨ ਲੈ ਕੇ ਆਉਂਦਾ ਕਹਿੰਦਾ ਮੈਂ ਹੁਣ ਦੋਨਾਂ ਨੂੰ ਵੱਢ ਦੇਵਾਂਗਾ ਆਪਣੀ ਘਰਵਾਲੀ ਨੂੰ ਵੀ ਵੱਢ ਦੇਵਾਂਗਾ ਜਿਹੜਾ ਕੋਈ ਮਰਦ ਇਸਦੇ ਨਾਲ ਪਿਆ ਹੋਇਆ ਇਸ ਨੂੰ ਵੀ ਵੱਢ ਦੇਵਾਂਗਾ ਹੁਣ ਕਿਰਪਾਨ ਚਲਾਉਣ ਇਸਨੇ ਸੋਚਿਆ ਕਿ ਪਹਿਲਾਂ ਮੈਂ ਵੇਖਦਾ ਲਵਾਂ ਵੀ ਇਹ ਮਰਦ ਕੌਣ ਸੁੱਤਾ ਪਿਆ ਹੈ ਪੱਗ ਬੰਨ੍ਹੀ ਹੋਈ ਹੈ ਮਰਦਾਂ ਵਾਲੇ ਕੱਪੜੇ ਪਹਿਨੇ ਹੋਏ ਨੇ ਮੈਂ ਦੇਖਾਂ ਤਾਂ ਸਹੀ ਹੈ ਕੌਣ ਇਸਨੇ ਜਦੋਂ ਪੱਗ ਲਾਈ ਤਾਂ ਉਸ ਲੜਕੀ ਦੇ ਲੰਬੇ ਸਾਰੇ ਕੇਸ ਬਾਹਰ ਆਏ ਇਸ ਨੂੰ ਪਤਾ ਲੱਗੇ ਤਾਂ ਮੇਰੀ ਧੀ ਆਪਣੀ ਮਾਂ ਦੇ ਨਾਲ ਪਈ ਹੋਈ ਹੈ ਅਤੇ ਇਹ ਮਨ ਦੇ ਵਿੱਚ ਸੋਚਣ ਲੱਗਾ ਵਾਹ ਮਾਲਕਾ ਮੈਨੂੰ ਅੱਜ ਪਤਾ ਲੱਗਿਆ ਕਿ ਸਤਸੰਗ ਵਿੱਚ ਜਾਣ ਦਾ ਕਿੰਨਾ ਵੱਡਾ ਲਾਭ ਹੈ ਕਿੰਨਾ ਵੱਡਾ ਲਾਭ ਹੈ ਜੇ ਮੈਂ ਸਤਸੰਗ ਵਿੱਚ ਨਾ ਜਾਂਦਾ ਜੇ ਮੈਨੂੰ ਉੱਥੋਂ ਨਾ ਪਤਾ ਲੱਗਦਾ ਵੀ ਕੋਈ ਵੀ ਕੰਮ ਜਿਹੜਾ ਹੈ ਉਹ ਵਿਚਾਰ ਕੇ ਕਰਨਾ ਚਾਹੀਦਾ ਹੈ ਅਤੇ ਮੇਰੇ ਹੱਥੋਂ ਅੱਜ ਮੇਰੀ ਆਪਣੀ ਘਰਵਾਲੀ ਅਤੇ ਆਪਣੀ ਬੇਟੀ ਦਾ ਕਤਲ ਹੋ ਜਾਣਾ ਸੀ ਅਤੇ ਸਤਸੰਗਤ ਸਤਸੰਗ ਦੇ ਵਿੱਚੋਂ ਬੜਾ ਕੁਝ ਪ੍ਰਾਪਤ ਹੁੰਦਾ ਹੈ ਬੜਾ ਕੁਝ ਮਿਲਦਾ ਹੈ ਸੋ ਇਹਨਾਂ ਸਤਸੰਗ ਦੇ ਜਿਹੜਾ ਲਾਹ ਲੈਣਾ ਚਾਹੀਦਾ ਹੈ ਆਓ ਇਤਿਹਾਸ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਸਤਸੰਗਤ ਦੇਹ ਦੁਨੀਆਂ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਦੇ ਧਾਤੋਂ ਲੁਕਾਈ ਨੂੰ ਸੋਧਣ ਵਾਸਤੇ ਇੱਥੇ ਜਿਹੜੇ ਮਨੁੱਖ ਵਿਗੜ ਚੁੱਕੇ ਸਨ ਉਹਨਾਂ ਨੂੰ ਸਿੱਧੇ ਰਾਹੀਂ ਪਾਉਣ ਵਾਸਤੇ ਚਾਰ ਉਦਾਸੀਆਂ ਕੀਤੀਆਂ ਕਿਧਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੰਗਲਾਂ ਬੇਲਿਆਂ ਵਿੱਚ ਜਾਂਦੇ ਨੇ ਕਿਧਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਾੜਾਂ ਵਿੱਚ ਜਾਂਦੇ ਨੇ ਯੋਗੀਆਂ ਦੇ ਨਾਲ ਮੁਲਾਕਾਤ ਹੁੰਦੀ ਹੈ ਪਹਾੜਾਂ ਵਿੱਚ ਜਿਹੜੇ ਆਪਣੇ ਘਰਾਂ ਬਾਰਾਂ ਨੂੰ ਛੱਡ ਕੇ ਸਾਧੂ ਸੰਤ ਅਤੇ ਰੱਬ ਦੀ ਭਗਤੀ ਕਰਦੇ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਮਹਾਰਾਜ ਉਹਨਾਂ ਨੂੰ ਆਖਦੇ ਨੇ ਕਿ ਇਹ ਯੋਗੀਓ ਤੁਸੀਂ ਇਹਨਾਂ ਪਹਾੜਾਂ ਮੇਲੇ 'ਚ ਕੀ ਕਰਨਾ ਹੈ ਅਤੇ ਯੋਗੀ ਆਖਦੇ ਮਹਾਰਾਜ ਅਸੀਂ ਉਸ ਪਰਮਾਤਮਾ ਨੂੰ ਪਾਉਣ ਵਾਸਤੇ ਆਪਣੇ ਘਰਾਂ ਛੱਡ ਕੇ ਆਏ ਹਾਂ ਅਤੇ ਸਤਿਗੁਰੂ ਮਹਾਰਾਜ ਉਸ
ਫਸਾਉਂਦੇ ਨੇ ਆਖਦੇ ਭਲਿਓ ਲੋਕੋ ਤੁਹਾਡੇ ਪਿੱਛੇ ਤੁਹਾਡੇ ਪਰਿਵਾਰ ਰੋਟੀ ਵਾਸਤੇ ਵਿਲਕਣੇ ਨੇ ਤੁਹਾਡੇ ਬੱਚੇ ਭੁੱਖੇ ਮਰਨੇ ਨੇ ਅਤੇ ਤੁਸੀਂ ਕਿਹੜੇ ਰੱਬ ਦੀ ਪਹਾੜ ਵਿੱਚ ਅਤੇ ਜਿੰਨਾ ਵਿੱਚ ਬੈਠੇ ਹੋ ਅਤੇ ਪਹਾੜਾਂ ਵਿੱਚ ਬੈਠੇ ਹੋ ਅਤੇ ਮਾਲਕ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰਮਾਤਮਾ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਘਰਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਰਹਿੰਦੇ ਹੋਇਆ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤੁਹਾਨੂੰ ਘਰ ਬਾਹਰ ਛੱਡਣ ਦੀ ਲੋੜ ਨਹੀਂ ਅਤੇ ਸਤ ਸੰਗਤ ਕਿਤਨਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਕਿਹੜੇ ਬੰਦੀ ਕੰਧਾਰੀ ਬਣ ਗਏ ਜਿਹੜੇ ਹੰਕਾਰ ਸਨ ਜਿਹੜੇ ਪਾਣੀ ਦੀ ਘੁੱਟ ਦੇਣ ਤੋਂ ਨਾ ਕਰਦੇ ਸਨ ਮਹਾਰਾਜ ਨੇ ਉਹਨਾਂ ਦਾ ਹੰਕਾਰ ਦੂਰ ਕੀਤਾ ਅਤੇ ਸਤ ਸੰਗਤ ਉਦਾਸੀਆਂ ਦੇ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਅੱਜ ਕੱਲ੍ਹ ਦੇਸ਼ ਹੈ ਬੰਗਲਾਦੇਸ਼ ਉਹਦੀ ਰਾਜਧਾਨੀ ਹੈ ਢਾਕਾ ਇਸ ਢਾਕੇ ਦੀ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹੁੰਚੇ ਨੇ ਅਤੇ ਇਸ ਢਾਕੇ ਦੀ ਧਰਤੀ ਦੇ ਉੱਤੇ ਇੱਕ ਚੋਰ ਰਹਿੰਦਾ ਹੈ ਇਸ ਚੋਰ ਦਾ ਨਾਂ ਹੈ ਭੂਮੀਆਂ ਇਹ ਜ਼ਿਮੀਦਾਰ ਹੈ ਚੋਰੀਆਂ ਕਰਦਾ ਹੈ ਇਸ ਦੇ ਬਾਬੇ ਦਾਦੇ ਪੜਦਾਦੇ ਚੋਰੀ ਹੀ ਕਰਨ ਦਾ ਕੰਮ ਕਰਦੇ ਸਨ ਅਤੇ ਇਹ ਦਿਨ ਰਾਤ ਜਿਵੇਂ ਚੋਰੀਆਂ ਕਰਦਾ ਹੈ ਭੂਮੀਆਂ ਚੋਰ ਦਾ ਜਿਹੜਾ ਨਾਂ ਉਸ ਢਾਕੇ ਦੀ ਜਗ੍ਹਾ ਦੇ ਵਿੱਚ ਹੈ ਸਾਰੇ ਲੋਕ ਇਸ ਭੂਮੀਆਂ ਤੋਂ ਡਰਦੇ ਨੇ ਇਸ ਦਾ ਹਰ ਹੁਕਮ ਮੰਨਦੇ ਨੇ ਭੂਮੀਆਂ ਚੋਰ ਕੀ ਕੁਝ ਕਰਦਾ ਹੈ ਮੇਰੇ ਨਾਲ ਦੇ ਸਾਥੀ ਕਾਬਾ ਦੇ ਰਾਹੀਂ ਪਿਸਤਾ ਬਣ ਉਹ ਪੈਨੋ ਟਾਕੇ ਰਹਿੰਦਾ ਇੱਕ ਜ਼ਿਮੀਦਾਰ ਨੀ ਲੁੱਟੇ ਲੋਕਾਂ ਤਾਈ ਨਿਤ ਤਾੜੇ ਮਾਰਨੀ ਭਾਈ ਦਾ ਦੁੱਧ ਦੁੱਧ ਵੇਚ ਸਕਦਾ
چار کلو پانی پی ਆਪਣੇ ਆਪ ਨੂੰ ਹਾਰ ਜਾ
ਮੇਰੇ ਮਾਪੇ ਮੈਨੂੰ ਦੱਸਦੇ
ਤੁਹਾਡਾ ਨੀ ਆਤੇ ਆਉਣਾ
ਕੱਪੜੇ ਤਾਂ ਰਾਜੇ ਵਾਲੇ ਨੇ ਤੇ ਆਪਣਾ ਚੋਰ ਦਿੱਤਾ ਭਲਾ
ਉਹਨਾਂ ਸੋਚਿਆ ਇਹ ਰਾਜੇ ਦਾ ਕੋਈ ਗੁਆਂਢੀ ਦੇਸ਼ ਦਾ ਰਾਜਾ ਹੈ ਪੁੱਤਰ ਹੈ ਜੇ ਅਸੀਂ ਇਹਦੇ ਨਾਲ ਜ਼ਿਆਦਾ ਪੁੱਛਗਿੱਛ ਕੀਤੀ ਹੋਰ ਸਾਡਾ ਸਾਡੀ ਨੌਕਰੀ ਤੋਂ ਸਾਨੂੰ ਹੱਥ ਧੋਣੇ ਪੈਣ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਜਾ ਸਕਦੇ ਹੋ ਹੁਣ ਸਰ ਸਕਤ ਭੂਮੀਆਂ ਮੰਦਰ ਚਲਾ ਗਿਆ ਉਸ ਕਮਰੇ 'ਚ ਵੜ ਗਿਆ ਦਿੱਤੇ ਖਜ਼ਾਨਾ ਰੱਖਿਆ ਹੋਇਆ ਅਤੇ ਭੂਮੀਆਂ ਨੇ ਸਰ ਸਕਤ ਚਾਦਰਾਂ ਵਛਾਈਆਂ ਚਾਦਰਾਂ ਦੇ ਵਿੱਚ ਭੂਮੀਆਂ ਜੋ ਗਹਿਣੇ ਗੱਟੇ ਇਹਦੇ ਹੱਥ ਆਏ ਹੀਰੇ ਮੋਤੀ ਜਵਾਹਰਾਤ ਜੋ ਹੱਥ ਆਇਆ ਉਹ ਸਾਰਾ ਕੁਝ ਚਾਦਰਾਂ ਦੇ ਵਿੱਚ ਬੰਨਣ ਲੱਗ ਪਿਆ ਧਨ ਦੌਲਤ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਚਾਦਰਾਂ ਦੇ ਵਿੱਚ ਬੰਨ ਲਈਆਂ ਸਰ ਸਕਤ ਇਸਦੀ ਨਿਗਾਹ ਗਈ ਇੱਕ ਸ਼ੀਸ਼ੀ ਬੜੀ ਚਮਕ ਰਹੀ ਹੈ ਕੱਚ ਦੀ ਸ਼ੀਸ਼ੀ ਹੈ ਬੜੀ ਚਮਕ ਰਹੀ ਹੈ ਇਸ ਉਹ ਸ਼ੀਸ਼ੀ ਚੱਕੀ ਸਰ ਸੰਗਤ ਇਸਨੇ ਦੇਖਿਆ ਇਹਦੇ ਵਿੱਚ ਕੁਝ ਚੰਗੀ ਚੀਜ਼ ਲੱਗਦੀ ਹੈ ਇਸਨੇ ਆਪਣੀ ਹਥੇਲੀ 'ਤੇ ਉਹ ਚੀਜ਼ ਪਾਈ ਹੈ ਅਤੇ ਆਪਣੀ ਰੱਸੀਆਂ ਨੂੰ ਲਗਾ ਲਈ ਇਸ ਸ਼ੀਸ਼ੀ ਦੇ ਵਿੱਚ ਰਾਜੇ ਦਾ ਚੂੜਨ ਸੀ ਇਸ ਚੂੜਨ ਦੇ ਵਿੱਚੋਂ ਇਹਨੂੰ ਹੁਣ ਨਮਕ ਦਾ ਸਵਾਦ ਆਇਆ ਲੂਣ ਦਾ ਸਵਾਦ ਆਇਆ ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਦਿੱਤਿਆ ਗਿਆ ਬੰਦੀਆਂ ਜਿਸ ਦਾ ਨਮਕ ਖਾਧਾ ਉਸ ਦਾ ਕਦੇ ਗੋਰਾ ਨਾ ਕਰੀ ਨਮਕ ਹਰਾਮੀ ਨਾ ਕਰੀ ਹੁਣ ਹੁਣ ਭੂਮੀਆਂ ਦੇਖਦਾ ਵੀ ਦੋ ਪੰਜਾਂ ਗਹਿਣੇ ਗੱਟਿਆਂ ਦੀਆਂ ਬੜੀਆਂ ਪਈਆਂ ਨੇ ਇੰਨੀ ਮਾਇਆ ਪਈ ਹੈ ਸਾਰੀ ਜ਼ਿੰਦਗੀ ਮੈਂ ਬੈਠ ਕੇ ਖਾ ਸਕਦਾ ਪਰ ਦੂਜੇ ਪਾਸੇ ਜਿਸ ਨੂੰ ਮੈਂ ਆਪਣਾ ਗੁਰੂ ਧਾਰ ਲਿਆ ਨਾ ਕਰੀ ਮੈਂ ਵਚਨ ਕਮਾਵਾਂ ਜਾਂ ਇਹ ਬਣੀਆਂ ਬਣੀਆਂ ਪੰਡਾਂ ਨੂੰ ਘਰ ਲੈ ਕੇ ਜਾਵਾਂ ਹੁਣ ਫਸਿਆ ਆ ਇੱਕ ਪਾਸੇ ਮਨ ਕਹਿੰਦਾ ਭੂਮੀਆਂ ਚੱਕ ਲੈ ਦੋਈ ਪੰਡਾਂ ਉਹ ਜ਼ਿੰਦਗੀ ਭਰ ਬੈਠ ਕੇ ਖਾਵੇਗਾ ਦੂਜੇ ਪਾਸੇ ਮਨ ਕਹਿੰਦਾ ਭੂਮੀਆਂ ਉਹ ਗੁਰੂ ਵਾਰ ਵਾਰ ਨਹੀਂ ਮਿਲਦਾ ਉਸ ਗੁਰੂ ਨੇ ਤੇਰੇ ਸਿਰ ਤੇ ਹੱਥ ਰੱਖਿਆ ਤੈਨੂੰ ਆਪਣਾ ਪੁੱਤਰ ਰੱਖਿਆ ਤੇ ਤੈਨੂੰ ਤਿੰਨ ਵਚਨ ਦੱਸੇ ਸੀ ਤੂੰ ਵਾਅਦਾ ਕੀਤਾ ਸੀ ਗੁਰੂ ਨਾਨਕ ਦੇ ਵਚਨ ਦਵਾਵਾਂਗਾ ਸਤ ਸੰਗਤ ਇਸ ਨੇ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਅਤੇ ਇਹ ਬੰਨੀਆਂ ਬਣਾਈਆਂ ਪਿੰਡਾਂ ਉੱਥੇ ਹੀ ਛੱਡ ਕੇ ਰਾਜੇ ਦੇ ਮਹਿਲਾਂ ਵਿੱਚੋਂ ਵਾਪਸ ਆਪਣੇ ਘਰ ਨੂੰ ਆ ਗਏ ਦੂਜਾ ਦਿਨ ਚੜ੍ਹਿਆ ਰਾਜੇ ਨੂੰ ਪਤਾ ਲੱਗਿਆ ਕਿ ਕੋਈ ਚੋਰ ਮੇਰੇ ਮਹਿਲਾਂ ਵਿੱਚ ਆਇਆ ਸੀ ਹੈਰਾਨ ਇਸ ਗੱਲ ਤੋਂ ਹੈ ਬਈ ਚੋਰ ਨੇ ਪੰਡਾਂ ਬੰਨੀਆਂ ਪਰ ਲੈ ਕੇ ਕੋਈ ਨਹੀਂ ਗਿਆ ਅਤੇ ਸਰ ਸੰਗਤ ਰਾਜੇ ਨੇ ਸਿਪਾਹੀ ਸੱਦੇ ਅਹਿਲ ਕਰ ਸਕਦੇ ਵਜ਼ੀਰ ਸੱਦੇ ਆਖਿਆ ਵੀ ਦੋ ਦਿਨਾਂ ਦੇ ਵਿੱਚ ਉਹ ਚੋਰ ਮੇਰੇ ਸਾਹਮਣੇ ਕਰੋ ਜਿਹੜਾ ਕਿ ਚੋਰੀ ਕਰਨ ਆਇਆ ਸੀ ਅਤੇ ਸਰ ਸੰਗਤ ਹੁਣ ਰਾਜੇ ਨੇ ਚੋਰ ਬਣਨ ਵਾਸਤੇ ਵਜ਼ੀਰ ਜਿਹੜੇ ਨੇ ਅਹਿਲਕਾਰ ਜਿਹੜੇ ਨੇ ਸਿਪਾਹੀ ਜਿਹੜੇ ਨੇ ਉਹ ਗਰੀਬਾਂ ਦੀਆਂ ਬਸਤੀਆਂ ਜੀ ਰਹੇ ਜਿੱਥੇ ਕੋਈ ਪਹਿਲਾਂ ਚੋਰੀ ਕਰਦਾ ਫੜਿਆ ਗਿਆ ਸੀ ਉਹਨਾਂ ਸਾਰਿਆਂ ਨੂੰ ਫੜਨ ਲੱਗੇ ਗਰੀਬਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਇਨਾਮ ਦੇ ਚੱਕਰ ਦੇ ਵਿੱਚ ਸਿਪਾਹੀਆਂ ਨੇ ਗਰੀਬ ਫੜ ਲਏ ਉਹਨਾਂ ਦੀ ਕੁੱਟਮਾਰ ਹੋਣ ਲੱਗੀ ਗੱਲ ਪਹੁੰਚਦੀ ਪਹੁੰਚਦੀ ਭੂਮੀਏ ਤੱਕ ਚਲੀ ਗਈ ਹੁਣ ਭੂਮੀਏ ਨੂੰ ਪਤਾ ਲੱਗਿਆ ਕਿ ਮੇਰੇ ਕਰਕੇ ਗਰੀਬਾਂ ਦਾ ਨੁਕਸਾਨ ਹੋ ਰਿਹਾ ਮੇਰੇ ਕਰਕੇ ਗਰੀਬ ਮਾਰ ਹੋ ਰਹੀ ਹੈ ਗੁਰੂ ਸਾਹਿਬ ਦਾ ਬਚਨ ਚੇਤੇ ਆਇਆ ਭੂਮੀਆਂ ਕਦੇ ਕਿਸੇ ਗਰੀਬ ਦਾ ਤੇਰੇ ਕਰਕੇ ਨੁਕਸਾਨ ਨਾ ਹੋਵੇ ਇਹ ਰਾਜੇ ਦੇ ਮਹਿਲਾਂ ਵਿੱਚ ਭੂਮੀਆਂ ਚਲਾ ਗਿਆ ਰਾਜੇ ਦੇ ਮਹਿਲ ਵਿੱਚ ਜਾ ਕੇ ਭੂਮੀਆਂ ਖਾਣ ਦਾ ਰਾਜਨ ਇਹ ਨਿਰਦੋਸ਼ਾਂ ਨੂੰ ਛੱਡ ਦੇ ਗਰੀਬਾਂ ਨੂੰ ਛੱਡ ਦੇ ਅਸਲ ਦੇ ਵਿੱਚ ਤੇਰਾ ਚੋਰ ਮੈਂ ਹਾਂ ਇਹਨਾਂ ਨਿਰਦੋਸ਼ ਲੋਕਾਂ ਨੂੰ ਛੱਡ ਦੇ ਜਿਵੇਂ ਭੂਮੀਆਂ ਚੋਰ ਰਾਜੇ ਦੇ ਦਰਬਾਰ ਵਿੱਚ ਜਾ ਕੇ ਆਪਣਿਆਂ ਨੂੰ ਚੋਰ ਆਖਦਾ ਹੈ ਅਤੇ ਗਰੀਬਾਂ ਨੂੰ ਛੱਡਣ ਵਾਸਤੇ ਆਖਦਾ ਉਸ ਹਾਲ ਮੇਰੇ ਨਾਲ ਦੇ ਸਕਦੀ ਗਿਆਨੀ ਸਤਨਾਮ ਸਿੰਘ ਪਰੋਲੇ ਗੋਦਾਵਰ ਸਿੰਘ ਪਟਵੰਡੀ ਭਾਈ ਮਹਿੰਦਰ ਸਿੰਘ ਜੱਗਾ ਕਲਾਂ ਦਾਸ ਮਨਜੀਤ ਸਿੰਘ ਖਾਲਸਾ ਸ਼ੋਕਰਾਂ ਵਾਲੇ ਦਾ ਮੀਰੀਅਤਾਂ ਇਸ ਤਰ੍ਹਾਂ ਸੀ ਸੰਤਰੀ ਮੈਂ ਉਹਨੇ ਪਾਲ ਪੀਰ ਜਾ
ਭੂਮੀ ਨੂੰ ਆਖਣ ਲੱਗਾ ਠੀਕ ਹੈ ਤੂੰ ਆਗਿਆ ਚੋਰੀ ਮੈਂ ਕੀਤੀ ਪਰ ਇੱਕ ਗੱਲ ਦੱਸ ਭਾਈ ਬੰਨੀਆਂ ਬਣਾਈਆਂ ਪੰਡਾਂ ਗਹਿਣੇ ਦੀਆਂ ਤੂੰ ਆਪਣੇ ਨਾਲ ਲੈ ਕੇ ਕਿਉਂ ਨਹੀਂ ਗਿਆ ਤੇ ਭੂਮੀ ਨੇ ਆਖਿਆ ਰਾਜਾ ਗੱਲ ਇਸ ਤਰ੍ਹਾਂ ਮੈਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਸੱਚਾ ਗੁਰੂ ਮਿਲਿਆ ਉਸ ਗੁਰੂ ਨੇ ਮੈਨੂੰ ਆਖਿਆ ਸੀ ਕਿ ਤਿੰਨ ਵਚਨ ਜ਼ਿੰਦਗੀ ਦੇ ਵਿੱਚ ਕਮਾਈ ਉਸਨੇ ਆਖਿਆ ਸੀ ਕਦੇ ਝੂਠ ਨਾ ਬੋਲੀ ਤੇਰੇ ਸਿਪਾਹੀਆਂ ਨੇ ਮੈਨੂੰ ਘੇਰਿਆ ਰੋਕਿਆ ਉਹਨਾਂ ਪੁੱਛਿਆ ਕੌਣ ਹੈ ਮੈਂ ਸੱਚ ਬੋਲਿਆ ਕਿ ਮੈਂ ਚੋਰ ਹਾਂ ਉਸ ਤੋਂ ਬਾਅਦ ਮੈਂ ਤੇਰੇ ਮਹਿਲਾਂ ਵਿੱਚ ਗਿਆ ਗਹਿਣੇ ਗੱਟੇ ਦੀਆਂ ਪੰਡਾਂ ਬਣੀਆਂ ਪਰ ਤੇਰੇ ਚੂਰਨ ਵਾਲੀ ਸ਼ੀਸ਼ੀ ਜਿਹੜੀ ਹੈ ਉਸ ਦਾ ਸਵਾਦ ਮੈਂ ਦੇਖ ਲਿਆ ਉਸ ਵਿੱਚੋਂ ਨਮਕ ਦਾ ਸਵਾਦ ਆਇਆ ਮੇਰੇ ਗੁਰੂ ਨੇ ਆਖਿਆ ਸੀ ਭੂਮੀਆਂ ਜਿਹਦਾ ਨਮਕ ਖਾਧਾ ਖਾ ਕੇ ਆਰਾਮ ਨਾ ਕਰੀ ਇਹ ਸਵਾਦ ਤਾਂ ਮੈਂ ਉਹ ਬਣੀਆਂ ਬਣਾਈਆਂ ਪੰਡਾਂ ਛੱਡ ਗਿਆ ਜਦੋਂ ਮੈਨੂੰ ਪਤਾ ਲੱਗਿਆ ਤੂੰ ਗਰੀਬਾਂ ਦੇ ਨਾਲ ਜ਼ੁਲਮ ਕਰ ਰਿਹਾ ਮੈਂ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਤਾ ਮੇਰੇ ਗੁਰੂ ਨੇ ਕਿਹਾ ਸੀ ਭੂਮੀਆਂ ਤੇਰੇ ਕਰਕੇ ਕਦੇ ਕਿਸੇ ਗਰੀਬ ਦਾ ਦਿਲ ਨਾ ਚੁੱਕੀ ਸਤ ਸੰਗਤ ਰਾਜੇ ਨੇ ਜਦੋਂ ਭੂਮੀਆਂ ਦੀ ਸਾਰੀ ਗੱਲ ਸੁਣੀ ਉਸਨੇ ਭੂਮੀਆਂ ਨੂੰ ਆਖਿਆ ਭੂਮੀਆਂ ਸੱਚਾ ਹੈ ਤੂੰ ਸੱਚਾ ਹੈ ਤੇਰਾ ਗੁਰੂ ਬਾਹੋ ਸਿੱਖਾ ਧੰਨ ਤੇਰੀ ਸਿੱਖੀ ਧੰਨ ਹੈ ਤੇਰਾ ਗੁਰੂ ਜਿਸ ਨੇ ਤੈਨੂੰ ਇੰਨੀ ਚੰਗੀ ਸਿੱਖਿਆ ਦਿੱਤੀ ਹੈ ਰਾਜੇ ਨੇ ਫਿਰ ਭੂਮੀ ਨੂੰ ਆਖਿਆ ਭੂਮੀਆਂ ਮੈਨੂੰ ਤੇਰੇ ਵਰਗਾ ਕੋਈ ਫਕੀਰ ਚਾਹੀਦਾ ਹੈ ਜਿਹੜਾ ਦੁਨੀਆ ਦੇ ਨਾਲ ਲੋਕਾਂ ਦੇ ਜਦੋਂ ਤੱਕ ਬਾਬੇ ਨੇ ਕਥਾ ਦੀ ਸਮਾਪਤੀ ਕੀਤੀ ਸਾਰੀ ਸੰਗਤ ਚਲੀ ਗਈ ਇੱਕ ਬਜ਼ੁਰਗ ਮਾਤਾ ਬੈਠੀ ਰਹੀ ਸਾਹਮਣੇ ਹੁਣ ਬਾਬੇ ਨੇ ਕਥਾ ਦੀ ਸਮਾਪਤੀ ਤੋਂ ਬਾਅਦ ਉਹ ਬਜ਼ੁਰਗ ਮਾਤਾ ਨੂੰ ਪੁੱਛਿਆ ਮਾਤਾ ਜੀ ਪਿਆਰ ਬਹੁਤ ਹੈ ਮੈਨੂੰ ਲੱਗਦਾ ਮੇਰੀ ਕਥਾ ਵਿੱਚੋਂ ਤੁਹਾਨੂੰ ਆਨੰਦ ਬਹੁਤ ਆਇਆ
ਜਿਹੜਾ ਸਾਰੀ ਸੰਗਤ ਚਲੇ ਗਈ ਪਰ ਤੁਸੀਂ ਬੈਠੇ ਰਹੇ। ਉਹ ਬਜ਼ੁਰਗ ਮਾਤਾ ਕਹਿਣ ਲੱਗੀ, ਬਾਬਾ ਜੀ ਬਈ ਗੱਲ ਇਸ ਤਰ੍ਹਾਂ, ਨਾ ਤਾਂ ਮੈਨੂੰ ਪਰਮਾਤਮਾ ਨਾਲ ਬਹੁਤਾ ਪਿਆਰ ਹੈ, ਨਾ ਮੈਨੂੰ ਤੁਹਾਡੀ ਕਲਾ ਵਿੱਚ ਬਹੁਤਾ ਆਨੰਦ ਆਇਆ। ਬੈਠਣੀ ਗੱਲ ਬਾਬਾ ਜੀ ਇਹ ਹੈ, ਜਿਹੜੀ ਦਰੀ ਉੱਤੇ ਬੈਠ ਕੇ ਤੁਸੀਂ ਕਥਾ ਕਰ ਰਹੇ ਸੀ, ਇਹ ਦਰੀ ਮੈਂ ਆਪਣੇ ਘਰੋਂ ਲੈ ਕੇ ਆਈ ਸੀ, ਤੇ ਜਦੋਂ ਮੈਂ ਦਰੀ ਲਿਆਉਣ ਲੱਗੀ ਸੀ, ਮੇਰੀ ਛੋਟੀ ਨੂੰ ਕਹਿੰਦੀ ਬੁੱਢੀਆਂ ਦਰੀ ਤਾਂ ਲੈ ਕੇ ਚੱਲੀ ਹੈ, ਇਹਨੂੰ ਵਾਪਸ ਨਾਲ ਆਪਣੇ ਘਰ ਲੈ ਕੇ ਆਈ, ਨਹੀਂ ਤਾਂ ਘਰ ਨਾ ਵੜੀ। ਜੋ ਕਹਿਣ ਤੋਂ ਭਾਵ ਇਹ ਪਰਮਾਤਮਾ ਦੀਆਂ ਗੱਲਾਂ, ਗੁਰੂ ਦੀ ਗੱਲ ਸੋਨੀ ਜਿਹੜੀ ਹੈ, ਇਹ ਹਰ ਦੇ ਭਾਗਾਂ ਦੀ ਹੁੰਦੀ। ਤੁਸੀਂ ਬਹੁਤ ਪਿਆਰ ਦੇ ਨਾਲ ਦੇਵਤੇ ਵਾਂਗ ਸਮਾਧੀਆਂ ਲਾ ਕੇ ਸਾਰੀ ਤੇ ਤਿਆਰ ਕਰਨ ਕੀਤਾ ਹੈ। ਸੋ ਸਾਰੀ ਸੰਗਤ ਦਾ ਬਹੁਤ ਧੰਨਵਾਦ। ਇਤਿਹਾਸ ਬੋਲਦੇ ਨੇ ਤਾਂ ਪ੍ਰਕਾਸ਼ ਨੂੰ ਭੁੱਲਾਂ ਕਰਦੇ ਹੋ ਵੀ ਹੋਣਗੀਆਂ, ਆਹ ਗੁਰੂ ਦੀ ਸਾਡੀ ਬਖਸ਼ਣਹਾਰ ਹੈ, ਗੁਰੂ ਸਾਹਿਬ ਬਖਸ਼ਣਹਾਰ ਨੇ। ਸੋ ਮੇਰੇ ਨਾਲ ਦੇ ਸਾਥੀ ਸਵਰਗਵਾਸੀ ਉਸਤਾਦ ਗਿਆਨੀ ਝਲਮਣ ਸਿੰਘ ਜੀ ਬਾਂਸੀਆਂ ਵਾਲੇ, ਉਹਨਾਂ ਨੂੰ ਆਪ ਗੁਰੂ ਦੀਆਂ ਸੰਗਤਾਂ ਨੇ ਅਨੇਕਾਂ ਵਾਰ ਸੁਣਿਆ ਹੋਵੇਗਾ। ਉਹਨਾਂ ਦੇ ਇਹ ਸ਼ਗਿਰਦ ਵੀ ਨੇ, ਉਹਨਾਂ ਦੇ ਨਾਲ ਲਗਭਗ 30-30 ਸਾਲ ਇਹਨਾਂ ਸਾਥੀਆਂ ਨੇ ਉਹਨਾਂ ਦੇ ਨਾਲ ਕਵਿਤਾਵਾਂ ਗਾ ਕੇ ਸੰਗਤ ਦੀ ਸੇਵਾ ਕੀਤੀ ਹੈ। ਗਿਆਨੀ ਝਲਮਣ ਸਿੰਘ ਜੀ ਬਾਂਸੀਆਂ ਵਾਲੇ ਸਾਰੀ ਸੰਗਤ ਤੇ ਨਾਲ ਸੇਵਾ ਕਰ ਰਹੇ, ਮੇਰੇ ਨਾਲ ਸੇਵਾ ਕਰ ਰਹੇ। ਹੁਣ ਸਾਥੀ ਸਤਨਾਮ ਸਿੰਘ ਜੀ ਸੋਪਰ ਤੋਂ, ਗਿਆਨੀ ਗੁਰਦਾਵਰ ਸਿੰਘ ਪਿੰਡ ਮੰਡੀ ਤੋਂ, ਇੱਧਰ ਸਰਦਾਰ ਮਹਿੰਦਰ ਸਿੰਘ ਜੀ ਬਠਿੰਡਾ ਕਲਾ ਤੋਂ, ਰਾਸ ਮਨਜੀਤ ਸਿੰਘ ਖਾਲਸਾ ਪਿੰਡ ਸ਼ੋਕਰਾਂ ਤੋਂ, ਤੁਹਾਡੇ ਨਜ਼ਦੀਕੀ ਪਿੰਡ ਸ਼ੋਕਰਾਂ। ਸੋ ਤੁਹਾਡਾ ਆਪਣਾ ਚੇਤਾ ਹੈ, ਜਦੋਂ ਵੀ ਹੁਕਮ ਲਗਾਓਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਸੋ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕ੍ਰਾਂਤੀ ਸਿੰਘ ਸਾਹਿਬ ਦਾ ਧੰਨਵਾਦ, ਤੇ ਵੀਰ ਹਰਜੀਤ ਸਿੰਘ ਜੀ ਉਹਨਾਂ ਨੇ ਸਾਨੂੰ ਹੁਕਮ ਮਿਲਿਆ ਸੀ ਤੁਹਾਡੇ ਸੰਗਤ ਦੇ ਦਰਸ਼ਨ ਕਰਾਏ। ਸੋ ਸਮੁੱਚੀ ਸੰਗਤ ਵੱਲੋਂ ਇਹ ਸਾਰਾ ਪ੍ਰੋਗਰਾਮ ਪਿੰਡ ਲਾਂਘੜੇ ਦੀ ਸਾਰੀ ਸੰਗਤ ਨੇ ਰਲ ਮਿਲ ਕੇ ਕੀਤਾ ਹੈ। ਸੋ ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰਦੇ ਹੋਏ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਸੀਸ ਬਖਸ਼ੋ, ਸੌਣ ਵਾਲੇ ਵੀਰ ਦਾ ਵਾ ਧੰਨਵਾਦ, ਅਸੀਸ ਬਖਸ਼ੋ, ਫਤਿਹ ਦੀ ਸਾਂਝ ਪਾਈਏ, ਤੁਹਾਡੀਆਂ ਤੇ ਸਾਡੀਆਂ ਹਾਜ਼ਰੀਆਂ ਗੁਰੂ ਦੇ ਚਰਨਾਂ 'ਚ ਲੱਗ ਜਾਣ। ਆਓ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh,
Come on.
ਇਹ ਸਾਨੂੰ ਭਾਈ ਪ੍ਰਭਪ੍ਰੀਤ ਸਿੰਘ ਜੀ ਜੋ ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਗਾਇਨ ਕਰਕੇ ਨਿਹਾਲ ਕਰਕੇ ਗਏ ਹਨ। ਹੁਣ ਬਾਬਾ ਬਲਦੇਵ ਸਿੰਘ ਜੀ ਉਹ ਆਪ ਜੀ ਨੂੰ ਸ਼ਬਦ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜਾ ਪਿੰਡ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ, ਜਿੱਥੇ ਸੁੱਖ ਸ਼ਾਂਤੀ ਦਾ ਪ੍ਰਤੀਕ, ਜਿੱਥੇ ਕਿਤੇ ਮਾੜਾ ਮੋਟਾ ਗੁੱਸਾ ਗਿੱਲਾ ਸੈੱਟ ਕਰਕੇ ਇਸ ਦਰਵਾਜ਼ੇ ਦੇ ਵਿੱਚ ਖੁਸ਼ੀਆਂ ਫਸਦੀਆਂ ਸੀ। ਅੱਜ ਉਹਨਾਂ ਬਜ਼ੁਰਗਾਂ ਨੂੰ ਯਾਦ ਕਰ ਰਿਹਾ ਹੋਇਆ ਜਿਹਨਾਂ ਨੇ ਦਰਵਾਜ਼ੇ 'ਤੇ ਮਿਹਨਤ ਕਰਕੇ ਦਰਵਾਜ਼ੇ ਨੂੰ ਤਿਆਰ ਕੀਤਾ, ਪਿੰਡ ਨੂੰ ਤਿਆਰ ਕੀਤਾ। ਰਚਨਾ ਦੇ ਨਾਲ ਸਰਵਣ ਕਰਨ ਦੇ ਨਾਲ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਪਿਆਰ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰ ਰਹੇ ਜੀ। ਛੱਡ ਜਾਣੇ ਆ ਕਰਨ ਜੋ ਮਹਿਲ ਮੰਦਰ ਫੁਲਵਾੜੀਆਂ, ਜੋ ਇਹ ਦਰਵਾਜ਼ਾ ਹੈ, ਇਹ ਦਰਵਾਜ਼ੇ ਦੇ ਵਿੱਚ ਬਜ਼ੁਰਗ ਸਾਡੇ ਕੋਲੋਂ ਕਈ ਚਲੇ ਗਏ। ਆਓ ਉਹਨਾਂ ਸਬੰਧਾਂ ਜੋ ਮਹਿਲ ਮੰਦਰ ਫੁੱਲ ਵਾੜੀਆਂ।
سيكون 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 ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੰਡੇ ਦਰਸ਼ਨਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਲਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜ ਜੀ ਆਪ ਜੀ ਦੀ ਅਪਾਰ ਮਿਹਰ ਕਿਰਪਾ ਦੇ ਨਾਲ ਆਪ ਜੀ ਦੇ ਦਰ ਘਰ ਦੀਆਂ ਸਮੂਹ ਸੰਗਤਾਂ ਪਿੰਡ ਲਾਂਦਰਾ ਦੀ ਸਾਰੇ ਹੀ ਸੰਗਤ ਵੱਲੋਂ ਮਹਾਰਾਜ ਜੀ ਰਲ ਮਿਲ ਕਰਕੇ
ਨਗਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹੋਏ ਪਰਸੋਂ ਵਾਲੇ ਰੋਜ਼ ਤੋਂ ਪਿੰਡ ਦੇ ਦਰਵਾਜ਼ੇ ਦੇ ਵੀ ਸਤਿਗੁਰੂ ਆਪ ਦੀ ਪਵਿੱਤਰ ਬਾਣੀ ਦੇ ਅਖੰਡ ਜਾਪ ਸਾਹਿਬ ਆਰੰਭ ਕਰਵਾਏ ਸਨ। ਆਪ ਜੀ ਦੀ ਅਪਾਰ ਮਿਹਰ ਕਿਰਪਾ ਹੋਈ ਨਿਰਵਿਘਨਤਾ ਸਹਿਜ ਭੋਗ ਪਾਏ ਗਏ। ਭੋਗ ਤੋਂ ਉਪਰੰਤ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਪ੍ਰਕਾਸ਼ਨ ਕਰਕੇ ਕੀਰਤਨ ਦਰਬਾਰ ਸ੍ਰੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਸਿੰਘਾਂ ਮਾਨੇ ਮਹਾਰਾਜ ਜੀ ਆਪ ਜੀ ਦੀਆਂ ਸੰਗਤਾਂ ਨੂੰ ਗੁਰ ਇਤਿਹਾਸ ਸ਼ਰਵਣ ਕਰਵਾਏ, ਗੁਰਬਾਣੀ ਸ਼ਰਵਣ ਕਰਵਾਈ, ਕਿਰਪਾ ਕਰਨੀ ਮਹਾਰਾਜ ਜੀ ਪੜ੍ਹੀ ਸੁਣੀ ਗਾਈ ਬਾਣੀ ਸੋਧ ਕੇ ਸੱਚਖੰਡ ਦੇ ਵਿੱਚ ਕੁਰਬਾਨ ਕਰਨੀ, ਇਸ ਬਾਣੀ ਦਾ ਇਸ ਇਤਿਹਾਸ ਦਾ ਉੱਚ ਭਾਵ ਆਪਣੀਆਂ ਸੰਗਤਾਂ ਦੇ ਹਿਰਦੇ ਵਸਾਉਣਾ ਮਹਾਰਾਜ ਜੀ ਕਿਰਪਾ ਕਰਨੀ, ਜਿਹਨਾਂ ਮਨੋਕਾਮਨਾਵਾਂ ਸ਼ਰਧਾ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪ ਜੀ ਦੀਆਂ ਸੰਗਤਾਂ ਨੇ ਮਹਾਰਾਜ ਜੀ ਆਪ ਜੀ ਦੇ ਚਰਨ ਪਰਸੇ ਕਿਰਪਾ ਕਰਨੀ, ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਸ਼ਰਧਾ ਭਾਵਨਾਵਾਂ ਪੂਰੀਆਂ ਕਰਨੀਆਂ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਨਗਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਮਹਾਰਾਜ ਸਾਰੀਆਂ ਹੀ ਸੰਗਤਾਂ ਨੂੰ ਖੁਸ਼ੀਆਂ ਭਰੇ ਸੁਭਾਗ ਸਮੇਂ ਬਖਸ਼ਿਸ਼ ਕਰਨੇ, ਨੌਜਵਾਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਤਿਗੁਰੂ ਮਾੜੀ ਸੰਗਤ ਤੋਂ ਬਚਾ ਕੇ ਆਪਣੇ ਚਰਨੀ ਰੋਣਾ ਮਹਾਰਾਜ ਜੀ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਦੇ ਜੀਵਨ ਬਖਸ਼ਣੀ ਦਾਰਾਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀਆਂ, ਸੱਚੇ ਪਾਤਸ਼ਾਹ ਆਪ ਜੀ ਕਰੋ ਕਿਰਪਾ ਸਮਾਪਤੀ ਦੇ ਹੁਕਮਨਾਮੇ ਬਖਸ਼ਿਸ਼ ਕਰਕੇ ਸੁਮਤੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਸਭ ਦੀਆਂ ਦਿਲ ਭੁੱਲ ਢਿਡਾਵਾਂ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਆਪ ਜੀ ਦਾ ਪਵਿੱਤਰ ਨਾਮ ਚਿੰਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਬਕ ਗਵਾਏ ਜੀਓ ਜਾਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਨਾਨਕ ਨਾਮ ਨਿਰੰਜ
نگر نواسیاں دا بہت بہت دھنواد ہے جنہاں نے اس پروگرام وچ جو اپنا نگر دے پہلا پرانے سمیاں تو ہر سال خانپور صاحب اتھے دروازے کروانے سگے کچھ کارنا کر کے کئی سالاں تو بند سی اے ساریاں نے وچار کیتی کہ اپنا پروگرام آرم کرائیے سو سارا پروگرام سارے نگر دے سہیوگ نال پرسوں خانپور صاحب آرمبھ کروائے سی تے اج سنگتی ساری سنگت کی حاضری تو پائے آ ساریاں سنگتاں دا بہت بہت دھنواد جنہاں نے تانو مان دھن کر کے پورا سہیوگ دتا آس کرو بھائی گرو اگے چرنا چ ارداس کرو کہ اگوں تو بھی آپاں اسی طرح رل مل کے سارے نگر نواسی پنڈ کی سکھ شانتی لئی جی جنگ کے بھلے واسطے نگر کے سکھ برتاوے ساتھ اس لیے جی آپ ہر سال وچار کر کے اگوں تو آپ جی پرانی ہی اپنے بزرگوں نے پائی سی توڑیا سی پروگرام اس اگے جاری رکھیے سو ساری پربندھان چ جی کوئی کسی طرح کی کوئی کمی پیشی رہ گئی ہو سانوں سارے دھیان ضرور لیاؤ تاکہ اسی اگوں واسطے اس کمی نو دور کریے تے ساری سنگت کا ود تو ود سیوا کر کے اسی لاہا پراپت کریے سو ساریا سنگتوں کا بہت بہت دھنواد جنہاں نے ہر پرکار کے مایا کے بھی کھلے گفے دیتے آ کہ سیوا وچ بھی ود تو ود یوگدان پایا واحگرو کے چرنا چ ارداس کرتے ہیں ساریا سنگتوں اسی طرح تندرستی دیر ہوگا آپسی اتفاق پیار بخشے واحگرو جی کا خالصہ واحگرو جی کی فتح پھر گرنتھ صاحب جی کا سوک آسن کر کے مسورا صاحب گردوارا صاحب نو جاؤں گا اس تو بعد لنگر سارے سنگت کو بےنتی آ کہ لنگر چھک کے جانا جو تو گھر بھی ہے تو وہ ویلے بھی آپ لے جا سکتے ہیں تو ہوں مہاراج جی سوکھا سن صاحب ہوں گے ترنت گردوارا صاحب چلتے مارا گے جی واحگرو جی کا خالصہ واحگرو جی کی فتح Satnam Hari Guru Satnam Hari Guru
ਇੱਧਰ ਰੱਖਿਓ ਥਾਲ ਬਈ ਮੁੰਡਿਓ ਚਮਚੇ ਉੱਥੇ ਹੀ ਚੱਕ ਲਿਆ ਥਾਲ ਰੱਖੋ ਇੱਧਰ ਤਾਂ ਹੈ ਬੱਬੂ ਖੜਾ Thank you.
ਮਨੂੰ ਦਵਾ ਦਾ ਕਿਹੜਾ ਦੇ ਜਿਹਨੂੰ ਮੰਗਦੇ ਨਹੀਂ ਚੱਲ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਥਾਲ ਲੈ ਕੇ ਬਾਹਰ ਚੱਲੇ ਆਏ ਕਿ ਇੱਥੇ ਬਹਿ ਜਾਓ ਦਹੀਂ ਵਾਹਿਗੁਰੂ ਜੀ ਉਹ ਗੱਬੇ ਚੱਲ ਓਏ ਉੱਠ ਕੇ ਹੈਲੋ ਉੱਠੋ ਤੋਂ ਗੱਬੇ ਚੱਲ ਓਥੇ ਦਾਲ ਜੀ ਪ੍ਰਸ਼ਾਦਾ ਜੀ ਪ੍ਰਸ਼ਾਦਾ ਸੇਵਾ ਭਾਵ ਕਰਾਉਣੀ ਜਾਂਦੀ ਆ ਜਾ ਮੱਲੂ ਭਾਤ ਪੀਲਾ ਮਿਲਣਾ
لو جی ٹھیک ہے جی چکالا لا دو ایک